ਹਾਂਜੀ ਭੈਣੋ ਤੇ ਭਰਾਵੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਗਜੀਤ ਸਿੰਘ ਇੰਦਰਜੀਤ ਸਿੰਘ ਲੰਡਨ ਆਮ ਆਦਮੀ ਪਾਰਟੀ ਵਲੰਟੀਅਰ ਯੂਕੇ ਤੋਂ ਜਿੰਨੇ ਵੀ ਆਪਣੇ ਸੀਨੀਅਰ ਲੀਡਰਸ਼ਿਪ ਨੇ ਜਾਂ ਜਿੰਨੇ ਆਪਣੇ ਸੀਨੀਅਰ ਕਲਾਕਾਰ ਨੇ ਉਹਦਾ ਸਾਰਿਆਂ ਨੇ ਇਕੱਠੇ ਹੋ ਕੇ ਪੰਜਾਬ ਨੂੰ ਬਚਾਉਣ ਦਾ ਇੱਕ ਜੋ ਵੀੜਾ ਬੰਨਿਆ ਆ ਉਹਦੇ ਵਿੱਚ ਇੰਦਰਜੀਤ ਸਿੰਘ ਵੀਰ ਆਪਣੇ ਲੰਡਨ ਇਹਨਾਂ ਨੇ ਇੱਕ ਸਾਰੇ ਹੀ ਪੰਜਾਬੀਆਂ ਨੂੰ ਲੰਡਨ ਦੇ ਯੂਕੇ ਦੇ ਪੰਜਾਬੀਆਂ ਨੂੰ ਬੁਲਾਉਣ ਵਾਸਤੇ ਇੱਕ ਅਪੀਲ ਕਰ ਰਹੇ ਆ। ਕਿਰਪਾ ਕਰਕੇ ਉਹ ਅਪੀਲ ਨੂੰ ਜ਼ਰੂਰ ਸੁਣੋ ਔਰ ਇਹਨਾਂ ਦੀ ਜੋ ਦੋ ਬੋਲ ਇਹ ਬੋਲ ਰਹੇ ਨੇ ਉਹ ਜ਼ਰੂਰ ਸੁਣੋ। ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਇੰਦਰਜੀਤ ਲੰਡਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਦਰਜਾ ਬਦਰਜਾ ਸਾਰਿਆਂ ਨੂੰ। ਰੱਖੀ ਮਿਹਰ ਨਿਗਾਹ ਦੀ ਦਾਤਾ, ਮੈਂ ਮੂਰਖ ਅਣਜਾਣੇ ਤੇ ਚੰਗਾ ਮਾੜਾ ਸਮਾਂ ਗੁਜ਼ਾਰਾਂ, ਮਾਲਕ ਤੇਰੇ ਭਾਣੇ ਤੇ ਉਹਦੀ ਕਿਰਪਾ ਹੈ ਕਿ ਸਮਾਂ ਕਿੱਦਾਂ ਲਾਉਣਾ। ਬਜ਼ੁਰਗਾਂ ਨੇ ਕਿਹਾ ਸੀ ਕਿ ਬਦਕਿਸਮਤੀ ਬੂਹੇ ਦੇ ਉੱਤੇ ਹਮੇਸ਼ਾ ਬੈਠੀ ਰਹਿੰਦੀ ਹੈ, ਇਹ ਗੱਲ ਵੀ ਸੱਚ ਹੈ, ਤੇ ਖੁਸ਼ਕਿਸਮਤੀ ਕਦੇ ਕਦੇ ਆਉਂਦੀ ਹੈ, ਕਿਉਂਕਿ ਮੌਤ ਹੀ ਜ਼ਰੂਰੀ ਨਹੀਂ ਮਰ ਜਾਣ ਵਾਸਤੇ, ਕਦੇ ਕਦੇ ਬੰਦੇ ਨੂੰ ਹਾਲਾਤ ਮਾਰ ਜਾਂਦੇ ਨੇ। ਉਹ ਸਾਡਾ ਕਈਆਂ ਸਾਲਾਂ ਤੋਂ ਹਾਲਾਤਾਂ ਦਾ ਮਰਿਆ ਪੰਜਾਬ ਅੱਜ ਖੁਸ਼ਕਿਸਮਤੀ ਸਾਡੇ ਬੂਹੇ 'ਤੇ ਆ ਕੇ ਬੈਠੀ ਹੈ। ਮਿੱਤਰੋ, ਇਹ ਮੌਕਾ ਜਿਹੜਾ ਆਪਾਂ ਜਾਣ ਨਹੀਂ ਦੇਣਾ, ਆਪਾਂ ਇਸ ਖੁਸ਼ਕਿਸਮਤੀ ਨੂੰ ਹੱਥੋਂ ਨਹੀਂ ਨਿਕਲਣ ਦੇਣਾ। ਉਸ ਪੰਜਾਬ ਨੂੰ ਬਚਾਉਣ ਦੇ ਵਾਸਤੇ ਆਪਾਂ ਕਿਸੇ ਵੀ ਐਸੇ ਮੌਕੇ ਤੋਂ ਖੁੰਝਣਾ ਨਹੀਂ ਚਾਹੁੰਦੇ। ਯੂਕੇ ਵਾਲੇ ਸਾਰਿਆਂ ਨੇ ਲੜ ਕੇ, ਵਲੰਟੀਅਰਾਂ ਨੇ ਵੀ, ਜੋ ਕਿ ਪੰਜਾਬ ਨੂੰ ਚਾਲੇ ਪਾ ਰਹੇ ਨੇ, ਮੈਂ ਬੇਨਤੀ ਕਰਦਾ ਹੱਥ ਜੋੜ ਕੇ, ਕਿਉਂਕਿ ਆਪਾਂ ਕਾਂਗਰਸ ਦੇਖੀ, ਬਾਦਲ ਦੇਖਿਆ, ਦੇਖੀਆਂ ਸਭ ਸਰਕਾਰਾਂ, ਲਾਠੀ ਚੱਲੀ, ਲੋਕੀ ਵੀ ਮਰ ਗਏ, ਮਰੇ ਨੇ ਲੋਕ ਹਜ਼ਾਰਾਂ, ਤੇ ਆਪਾਂ ਉਹਨਾਂ ਸਾਰਿਆਂ ਨੂੰ ਮੱਦੇ ਨਜ਼ਰ ਰੱਖਦੇ ਹੋਇਆਂ ਆਪਾਂ ਇਕੱਠੇ ਹੋ ਕੇ ਇਹ ਉਪਰਾਲਾ ਜੋ ਕੀਤਾ ਹੈ, ਇੱਥੇ ਜਾਣੇ ਵੀ ਫਲੇਮ ਆਫ ਹੋਪ ਜਿਹੜੀ ਆ 22 ਤਰੀਕ ਨੂੰ ਪਾਰਕ ਐਵਨਿਊ ਗੁਰਦੁਆਰੇ ਤੋਂ 9:30 ਅਰੋਮਾ ਜੋ ਆਪਣਾ ਹਾਲ ਆ ਉੱਥੇ ਪਹੁੰਚਣੀ ਆ। ਉਹ ਤੋਂ ਬਾਅਦ ਆਪਣਾ 4 ਵਜੇ ਤੋਂ 1 ਵਜੇ ਤੋਂ 1 ਵਜੇ ਤੋਂ ਲੈ ਕੇ ਤੇ 6 ਵਜੇ ਤੱਕ ਦਾ ਜਿਹੜਾ ਪ੍ਰੋਗਰਾਮ ਆ ਉਹ ਉੱਥੇ ਆਪਣੇ ਵੀਰ ਜੀ ਵੀ ਐਂਡ ਪਲੱਸ ਉਸ ਤੋਂ ਬਾਅਦ ਆਪਣੇ ਲੈਂਬਰ ਹੁਸੈਨਪੁਰੀ ਜੀ ਵੀ ਉੱਥੇ ਪਹੁੰਚਣਗੇ ਤੇ ਪਹੁੰਚ ਕੇ ਆਪਣਾ ਇਹਨਾਂ ਨੇ ਸਾਰਿਆਂ ਨੇ ਯੋਗਦਾਨ ਦੇਣਾ ਆ। ਔਰ ਉਪਰੰਤ ਭਗਵੰਤ ਮਾਨ ਸਾਹਿਬ ਉੱਥੇ ਲਾਈਵ ਆ ਰਹੇ ਹਨ। ਇੰਨੀ ਹੀ ਬੇਨਤੀ ਕਰਦੇ ਹੋਏ ਵੀਰ ਜੀ ਹੁਣਾਂ ਵੱਲੋਂ ਵੀ ਆਪਣੇ ਵੱਲੋਂ ਵੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।